जेल विच बंद कैदियों नूं मुख धारा विच आउण दे लई लगातार जेल प्रशासन ते पंजाब सरकार वालों उपराले कीते जा रहे हन। इस तहत फरीदकोट दी मॉडर्न जेल विच जेल ओलंपिक करवाया गया, जिस विच वख-वख खेडां लौंग जंप, रेस, कबड्डी, वॉलीबॉल दे मुकाबले करवाए गए। इस ओलंपिक विच होर जेलां विचों आए कैदियों वालों भी हिस्सा लिया गया। इन्हां खेडां दे अखीरले दिन कबड्डी दे मैच भी करवाए गए, जिन्हां विचों फरीदकोट की टीम ने जित प्राप्त की है। इस ओलंपिक दे विच DIG जतिंदर मौड़ विशेष तौर पर पहुंचे। उन्हां दा कहना है कि अजिहे टूरनामेंट इसलिए करवाए जाते हैं ता जो ये वधिया जिंदगी बतीत कर सकन अते ए नशिया तो दूर रहन। जो भी चल रहा अपना नशा सिस्टम चल रहा है, वो अपनी पंजाब सरकार जो जेल प्रिजन ने ओलंपिक का एक तरह की ओलंपिक गेम्स का इन्होंने अपना आयोजन किया, वो वास्ते बहुत धन्यवाद करते हैं। ये जिहड़े भी नवे नौजवान होंगे उन्होंने उत्साह मिलता तो बढ़ चढ़ के हिस्सा लेंगे, इसलिए धन्यवाद करते हैं। तो सानू बहुत खुशी है। मैं बठिंडा टीम वालों सेंटर जेल बठिंडा वालों कबड्डी खेडा, तो अपना जी रस्सा कसी दी सी, वालीबाल की टीम सी, मैं तिने गेमों के उत्ते प्रदर्शन किया। हाँ जी, मैं बारे कबड्डी की गेम करता रहा। मैं फरीदकोट जेल वालों कबड्डी की टीम खेडिया जी, तो मैं प्रशासन का बहुत बहुत धन्यवाद करना चाहना जिन्होंने आ गेम करा के तो नवे मुंडिया गेम वाल ਬਈ ਉਤਸ਼ਾਹਿਤ ਕੀਤਾ ਬਈ ਨਵੇਂ ਮੁੰਡੇ ਜਿਹੜੇ ਆ ਗੇਮਾਂ ਵੱਲ ਖਿੱਚੇ ਜਾਣ। ਹਾਂ ਵੀ ਪੁੱਠੇ ਗੇਮਾਂ ਵੱਲ ਨਾ ਧਿਆਨ ਦੇਣ, ਜਿਹੜੇ ਬਾਹਰੋਂ ਵਿਗੜ ਕੇ ਆਉਂਦੇ ਉਹ ਸੁਧਰ ਕੇ ਜਾਣ ਜੀ। ਸਾਡੇ ਕੋਲ ਸਾਹਿਬ ਦਾ ਕੋਲੇ ਖੜੇ ਸਾਡੇ ਅਤੇ ਹਰਪ੍ਰੀਤ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਖੇਡ ਲਈ ਪ੍ਰੇਰਿਤ ਕੀਤਾ ਅਤੇ ਸਾਨੂੰ ਇੰਨਾ ਮੌਕਾ ਦਿੱਤਾ ਜੀ ਜੇਲ੍ਹ ਦੇ ਵਿੱਚ ਖੇਡਣ। ਹਾਂਜੀ, ਸਾਨੂੰ ਲੱਗਦਾ ਹਰੇਕ ਜੇਲ੍ਹ 'ਚ ਇੱਦਾਂ ਦੇ ਮੈਚ ਹੋਣੇ ਚਾਹੀਦੇ ਤਾਂ ਕਿ ਅਸੀਂ ਵੀ ਸੁਧਰ ਸਕੀਏ, ਜਾ ਸਕੀਏ, ਆਪਣੇ ਘਰ ਨੂੰ ਸਾਰੇ ਨਸ਼ਾ ਮੁਕਤ ਹੋ ਸਕੀਏ ਜੀ। ਵਧੀਆ ਅਸੀਂ ਗੇਮਾਂ ਵੱਲ ਹੋਈਏ, ਇਹ ਬਹੁਤ ਵਧੀਆ ਉਪਰਾਲਾ ਜੀ ਪੰਜਾਬ ਸਰਕਾਰ ਦਾ, ਅਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੇਖੋ, ਗੇਮਾਂ ਜਿਵੇਂ ਤੁਸੀਂ ਦੇਖਿਆ ਹੀ ਹੈ ਵੀ ਇਹਨਾਂ ਨੂੰ ਇਨਮੇਟਸ ਨੂੰ ਬੂਸਟ ਕਰਨ ਲਈ ਕਰਵਾਈਆਂ ਗਈਆਂ। ਇਹਨਾਂ ਨੂੰ ਅਸੀਂ ਜੇਲ੍ਹ ਓਲੰਪਿਕ ਦਾ ਨਾਮ ਦਿੱਤਾ ਹੈਗਾ। ਅੱਜ ਤੋਂ ਕਾਫੀ ਸਾਲ ਪਹਿਲਾਂ ਵੀ ਕਰਵਾਈਆਂ ਗਈਆਂ ਸੀ, ਹੁਣ ਇਹਨਾਂ ਨੂੰ ਅਸੀਂ ਪੰਜਾਬ 'ਚ ਤਿੰਨ ਹਿੱਸਿਆਂ 'ਚ ਕਰਾਇਆ ਹੈਗਾ, ਇੱਕ ਅੰਮ੍ਰਿਤਸਰ, ਇੱਥੇ ਫਰੀਦਕੋਟ ਐਂਡ ਪਟਿਆਲਾ। ਇਸ ਦੇ ਵਿੱਚ ਤਕਰੀਬਨ ਸਾਰੀਆਂ ਗੇਮਾਂ ਹੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਤਰ੍ਹਾਂ ਰੱਸਾ ਖਿੱਚਣਾ, ਕਬੱਡੀ, ਵਾਲੀਬਾਲ, ਬੈਡਮਿੰਟਨ, ਲੌਂਗ ਜੰਪ, ਹਾਈ ਜੰਪ, 100 ਮੀਟਰ ਰੇਸ, 400 ਮੀਟਰ ਰੇਸ, ਇਸ ਤਰ੍ਹਾਂ ਮਤਲਬ ਜੋ ਵੀ ਸਾਨੂੰ ਗੇਮ ਸੂਟੇਬਲ ਲੱਗੀ ਜੋ ਇਹ ਖੇਡ ਸਕਦੇ ਹੈਗੇ ਆ, ਅਸੀਂ ਉਹ ਸਾਰਿਆਂ ਦੀ ਤਿਆਰੀ ਕਰਵਾ ਕੇ ਅਲੱਗ ਅਲੱਗ ਜਿਹੜੀਆਂ ਮਤਲਬ ਟੀਮਾਂ ਜ਼ਿਲ੍ਹਿਆਂ ਤੋਂ ਆਈਆਂ ਹੈਗੀਆਂ, ਜਿਸ ਤਰ੍ਹਾਂ ਫਿਰੋਜ਼ਪੁਰ ਤੋਂ ਆਈਆਂ, ਬਠਿੰਡੇ ਤੋਂ, ਮਾਨਸਾ ਤੋਂ, ਮੁਕਤਸਰ ਤੋਂ, ਇਹਨਾਂ ਸਾਰਿਆਂ ਦੇ ਆਪਸ ਅਸੀਂ ਮੁਕਾਬਲੇ ਕਰਾਏ ਆ, ਜਿੰਨਾ ਕਿ ਬੜੇ ਦਿਲ ਲਾ ਕੇ ਇਹਨਾਂ ਨੇ ਖੇਡਿਆ ਹੈਗਾ। ਸਾਡਾ ਮੇਨ ਮੋਟਿਵ ਸਿਰਫ ਇਹੀ ਹੈਗਾ ਵੀ ਜਿਹੜੇ ਇਨਮੇਟਸ ਹੈਗੇ ਆ ਉਹ ਵੀ ਮਹਿਸੂਸ ਕਰਨ ਵੀ ਅਸੀਂ ਵੀ ਇੱਕ ਜੇਲ੍ਹ ਓਲੰਪਿਕ ਖੇਡੀ ਹੈਗੀ ਹੈ, ਤੋ ਬਸ ਇਹਨਾਂ ਦਾ ਮੇਨ ਮੋਟਿਵ ਸਾਡਾ ਇਹੀ ਸੀਗਾ। ਇੱਥੇ ਟੀਮਾਂ 6 ਟੀਮਾਂ ਆਈਆਂ ਸੀਗੀਆਂ, 6 ਜ਼ਿਲ੍ਹਿਆਂ ਦੀਆਂ ਆਪਣੀਆਂ, 6 ਜ਼ਿਲ੍ਹਿਆਂ ਦੀਆਂ, ਤੋ ਤਕਰੀਬਨ ਮੇਰਾ ਖਿਆਲ ਵੀ 250 ਦੇ ਕਰੀਬ, 200 ਦੇ ਕਰੀਬ ਇਹ ਜਿਹੜੇ ਹੈਗੇ ਆ ਇਨਮੇਟਸ ਇੱਥੇ ਆਏ ਸੀਗੇ। ਇਹ 15 ਨਵੰਬਰ ਤੋਂ ਸਟਾਰਟ ਹੋਈਆਂ ਅਤੇ ਅੱਜ ਇਹਦਾ ਫਾਈਨਲ ਅਸੀਂ ਕਰ ਰਹੇ ਹਾਂ। ਹਾਂ, ਇਸ ਤੋਂ ਅੱਗੇ ਅਸੀਂ ਇਹ ਉਲੀਕਿਆ ਹੈਗਾ, ਹਰ ਸੁਪਨ ਜੇਲ੍ਹ ਨੂੰ ਅਸੀਂ ਡਾਇਰੈਕਸ਼ਨ ਦਿੱਤੀ ਹੈ ਵੀ ਇਸ ਪ੍ਰੈਕਟਿਸ ਨੂੰ ਚਾਲੂ ਰੱਖਿਆ ਜਾਵੇ ਡੇਲੀ ਬਾਜੀ, ਤਾਂ ਕਿ ਪ੍ਰੈਕਟਿਸ ਕਰਦੇ ਰਹਿਣ। ਕੋਈ ਸਮਾਂ ਆਵੇ ਜਿਵੇਂ ਕੋਈ ਓਕੇਜ਼ਨ ਆਵੇ, ਬੇਸ਼ੱਕ ਕੋਈ ਸਾਲ ਦਾ ਸ਼ੁਰੂ ਹੈ ਤਾਂ ਜਾਂ ਕੋਈ ਹੋਰ ਕੋਈ ਵੀ ਓਕੇਜ਼ਨ ਹੋਵੇ, ਅਸੀਂ ਇਹਨਾਂ ਦੇ ਆਪਸ ਇੰਟਰ ਸਟੇਟ ਆਪਣੇ ਸੋਰੀ ਇੰਟਰ ਜੇਲ੍ਹ ਅਸੀਂ ਟੂਰਨਾਮੈਂਟ ਕਰਵਾ ਸਕੀਏ। ਇਸ ਤੋਂ ਬਾਅਦ ਸਾਡਾ ਇਹ ਵੀ ਵਿਚਾਰ ਬਣੂਗਾ ਵੀ ਇਹ ਜੋਨ ਵਾਈਜ਼ ਇੱਕ ਟੀਮ ਚੰਗੀ ਕੱਢ ਕੇ ਪੂਰਾ ਆਲ ਓਵਰ ਪੰਜਾਬ ਦੇ ਮੁਕਾਬਲੇ ਵੀ ਕਰਾਏ ਜਾਣ। ਨਾ ਤੂੰ ਫੇਰ ਝੰਡਾ ਚੁੱਕ ਲਿਆ, ਤੂੰ ਪੰਜੇ ਵਾਲਾ ਝੰਡਾ ਚੁੱਕੀ ਰੱਖਿਆ ਤੇ ਹੁਣ ਕੇਸਰੀ ਚੁੱਕ ਲਿਆ। ਮੂਰਖ ਸਾਂ ਮੈਂ, ਕਮਲਾ ਹੋ ਗਿਆ ਸਾਂ, ਝੂਠੇ ਲਾਰਿਆਂ ਵਿੱਚ ਫਸ ਗਿਆ ਸੀ ਮੈਂ। ਕਹਿੰਦੇ ਸੀ ਸਾਰੇ ਕਰਜ਼ੇ ਮਾਫ਼ ਕਰ ਦਿਆਂਗੇ, ਸਹੂਲਤਾਂ ਮਿਲਣਗੀਆਂ। ਮਿਲ ਗਈਆਂ ਫਿਰ ਸਵਾ, ਕਰਜ਼ਾ ਮਾਫ਼ ਕਰਨਾ ਤੇ ਦੂਰ, ਨਾਲ ਦਾ ਖੇਤ ਵੀ ਬੈਂਕ ਵਾਲੇ ਲੈ ਗਏ। ਆੜ੍ਹਤੀ ਦੇ ਤਰਲੇ ਕਰ ਕਰਕੇ ਮਸਾਂ ਇੱਕ ਛੋਟਾ ਖੇਤ ਬਚਿਆ। ਇਹਦੇ ਨਾਲੋਂ ਤਾਂ ਬਾਦਲ ਕਿਤੇ ਚੰਗੇ ਸੀ। ਹਾਂ, ਉਹ ਗਰੀਬਾਂ ਬਾਰੇ ਸੋਚਦਾ ਸੀ। 200 ਯੂਨਿਟ ਬਿਜਲੀ ਦੇ ਫ੍ਰੀ ਸੀ, ਆਟਾ, ਦਾਲ, ਪੈਨਸ਼ਨ ਸਭ ਟਾਈਮ ਸਿਰ ਮਿਲ ਜਾਂਦਾ ਸੀ। ਆਪਣੀ ਜੋਤੀ ਦੇ ਵਿਆਹ ਦਾ ਸ਼ਗਨ ਵੀ ਤੇ ਝਟਪਟ ਹੀ ਮਿਲ ਗਿਆ ਸੀ। ਸਿਹਤ ਬੀਮਾ ਸੀ, ਪਿੰਡਾਂ ਦੀ ਨੁਹਾਰ ਬਦਲਣ ਲਈ ਖੁੱਲ੍ਹੇ ਗ੍ਰਾਂਟਾਂ ਦੇ ਗੱਫੇ, ਬਥੇਰਾ ਕੁਝ ਹੋਇਆ।
ਹੁਣ ਕਰੀਏ ਕੀ ਕਰਨਾ ਕੀ ਹੈ ਐਤਕੀ ਉਹਦੀ ਬਾਹ ਫੜਨੀ ਹੈ ਜਿਹੜਾ ਸਮਝੇ ਸਾਡੇ ਦਰਦਾਂ ਨੂੰ